ਮਾਮਲਾ ਅੰਮ੍ਰਿਤਸਰ ਦੇ ਥਾਣਾ ਬੀ ਡਿਵੀਜ਼ਨ ਅਧੀਨ ਆਉਂਦੇ ਇਲਾਕੇ ਨਿਊ ਪ੍ਰਤਾਪ ਨਗਰ ਦਾ ਹੈ, ਜਿੱਥੋਂ ਦੇ ਲੋਕ ਉੱਥੋਂ ਦੀ ਰਹਿਣ ਵਾਲੀ ਮਾਨਸਿਕ ਤੌਰ 'ਤੇ ਪਰੇਸ਼ਾਨ ਲੜਕੀ ਤੋਂ ਪਰੇਸ਼ਾਨ ਦਹਿਸ਼ਤ ਦੇ ਮਾਹੌਲ ਵਿੱਚ ਜਿਉਣ ਨੂੰ ਮਜਬੂਰ ਨੇ। ਇਸ ਦੇ ਚੱਲਦਿਆਂ ਉਹਨਾਂ ਵੱਲੋਂ ਥਾਣਾ ਬੀ ਡਿਵੀਜ਼ਨ ਵਿਖੇ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ, ਕਿਉਂਕਿ ਮਾਨਸਿਕ ਤੌਰ 'ਤੇ ਬਿਮਾਰ ਇਹ ਪਰਮਜੀਤ ਨਾਮ ਦੀ ਲੜਕੀ ਇਲਾਕੇ ਦੇ ਲੋਕਾਂ ਦੇ ਘਰਾਂ ਵਿੱਚ ਅੱਜ ਦਿਨ ਇੱਟਾਂ ਮਾਰ ਕੇ ਕਿਸੇ ਦਾ ਏਸੀ, ਕਿਸੇ ਦੀ ਕਾਰ ਦਾ ਸ਼ੀਸ਼ਾ ਅਤੇ ਦਰਵਾਜ਼ੇ ਤੋੜਦੀ ਹੈ। ਇਲਾਕੇ ਨਿਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਇਸ ਬਾਰੇ ਉਸ ਦੇ ਮਾਤਾ ਪਿਤਾ ਨੂੰ ਦੱਸਦੇ ਹਾਂ ਤਾਂ ਉਹ ਉਲਟਾ ਇਲਾਕੇ ਦੇ ਲੋਕਾਂ ਦੇ ਨਾਲ ਲੜਦੇ ਹਨ, ਜਿਸ ਦੇ ਚੱਲਦੇ ਉਹਨਾਂ ਨੂੰ ਪੁਲਿਸ ਥਾਣੇ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ ਦੀ ਮੰਗ ਕਰਨੀ ਪਈ। ਇਸ ਸੰਬੰਧੀ ਇਲਾਕਾ ਨਿਵਾਸੀ ਦੀਪਕ, ਰੰਜਨਦੀਪ ਅਤੇ ਮਨਜੀਤ ਸਿੰਘ ਨੇ ਦੱਸਿਆ ਕਿ ਸਾਡੇ ਇਲਾਕੇ ਵਿੱਚ ਰਹਿਣ ਵਾਲੀ ਇੱਕ ਲੜਕੀ ਪਰਮਜੀਤ ਕੌਰ ਸ਼ਾਇਦ ਉਹ ਮਾਨਸਿਕ ਤੌਰ 'ਤੇ ਬਿਮਾਰ ਹੈ, ਜੋ ਕਿ ਆਏ ਦਿਨ ਲੋਕਾਂ ਦੇ ਘਰਾਂ ਵਿੱਚ ਇੱਟਾਂ ਮਾਰ ਕੇ ਉਹਨਾਂ ਦੀਆਂ ਕਾਰਾਂ ਦੇ ਸ਼ੀਸ਼ੇ, ਏਸੀ ਅਤੇ ਦਰਵਾਜ਼ੇ ਤੋੜ ਦਿੰਦੀ ਹੈ, ਅਤੇ ਜੇਕਰ ਉਹਨਾਂ ਦੇ ਮਾਤਾ ਪਿਤਾ ਨੂੰ ਸ਼ਿਕਾਇਤ ਕੀਤੀ ਜਾਵੇ ਤਾਂ ਉਹ ਵੀ ਸਾਡੇ ਨਾਲ ਗਾਲੀ ਗਲੋਚ ਕਰਦੇ ਨੇ। ਜੇਕਰ ਅਸੀਂ ਪੁਲਿਸ ਕੰਪਲੇਂਟ ਕਰੀਏ ਤਾਂ ਪੁਲਿਸ ਨੂੰ ਵੀ ਇਹ ਪਰਿਵਾਰ ਗਾਲਾਂ ਤੱਕ ਕੱਢ ਕੇ ਇੱਟਾਂ ਚਲਾਉਂਦੇ ਨੇ, ਜਿਸ ਦੇ ਚੱਲਦਿਆਂ ਪੁਲਿਸ ਮੁਲਾਜ਼ਮਾਂ ਦੀ ਐਕਟਿਵਾ ਤੱਕ ਇਹਨਾਂ ਵੱਲੋਂ ਤੋੜ ਦਿੱਤੀ ਗਈ, ਅਤੇ ਵਿਦੇਸ਼ ਵਿੱਚ ਬੈਠਾ ਇਸ ਦਾ ਭਰਾ ਸਾਨੂੰ ਫੋਨ ਕਰਕੇ ਧਮਕੀਆਂ ਲਗਾਉਂਦਾ, ਜਿਸ ਦੀ ਆਡੀਓ ਵੀ ਪੁਲਿਸ ਨੂੰ ਦਿੱਤੀ ਗਈ ਹੈ। ਕੌਣ ਬੋਲਦਾ? ਹਾਂਜੀ, ਕਿੱਥੇ ਲਾਇਆ ਬਾਈ ਜੀ ਫੋਨ? ਕੌਣ ਬੋਲਦੇ? ਭਾਜੀ, ਅਸੀਂ ਅੰਮ੍ਰਿਤਸਰ ਤੋਂ ਬੋਲ ਰਹੇ ਹਾਂ। ਹਾਂਜੀ, ਅੰਮ੍ਰਿਤਸਰ ਤੋਂ ਬੋਲ ਰਹੇ ਹਾਂ। ਕੀ ਨਾਮ ਤੁਹਾਡਾ ਜੀ? ਹਰਸ਼ਦੀਪ ਸਿੰਘ। ਅੱਛਾ ਅੱਛਾ, ਕਿਹੜੀ ਜਗ੍ਹਾ ਤੋਂ ਬੋਲਦੇ? ਨੰਬਰ ਕਿਹਦਾ ਹੈ? ਤੁਸੀਂ ਕਿਹਨੂੰ ਲਾਇਆ ਫੋਨ? ਹੈਲੋ ਹੈਲੋ, ਤੁਸੀਂ ਕਿਹਨੂੰ ਲਾਇਆ ਫੋਨ ਭਾਜੀ? ਮੈਂ ਫੋਨ ਲਾਇਆ ਇੱਥੇ ਅੰਮ੍ਰਿਤਸਰ ਹੀ ਲਾਇਆ ਫੋਨ। ਕੌਣ ਬੋਲਦੇ? ਕੀ ਨਾਂ ਤੁਹਾਡਾ? ਹਰਸ਼ਦੀਪ। ਕੌਣ ਬੋਲਦੇ ਜੀ? ਨੰਬਰ ਤੁਹਾਡਾ ਤਾਂ ਨਹੀਂ, ਲੇਡੀਜ਼ ਦਾ ਨੰਬਰ ਆ ਕਿਸੇ ਦਾ? ਹਾਂਜੀ ਹੈਂ, ਹਾਂਜੀ ਮੇਰਾ ਹੀ ਹੈ ਸਰ ਨੰਬਰ, ਮੇਰੇ ਮੰਮਾ ਦੇ ਪ੍ਰੂਫ ਤੇ ਆ। ਤੇਰੇ ਮੰਮਾ ਦੇ ਪ੍ਰੂਫ ਤੇ? ਹਾਂਜੀ। ਪਾਪਾ ਤਾਂ ਕੀ ਕਰਦੇ ਆ? ਪਾਪਾ ਪੁਲਿਸ ਚ। ਅੱਛਾ, ਪੁਲਿਸ ਆ। ਤੇ ਹੋਰ ਕੌਣ ਫੈਮਿਲੀ ਮੈਂਬਰ ਚ ਕੌਣ ਕੌਣ ਆ? ਮੈਂ ਬਸ, ਹੋਰ ਕੋਈ ਨੀ ਹੈ। ਤੁਸੀਂ ਭਾਜੀ ਫੋਨ ਕਿੱਥੇ ਲਾਇਆ ਦੱਸੋ ਸਹੀ। ਨਹੀਂ, ਮੈਂ ਤੈਨੂੰ ਕਹਿਣ ਲੱਗਾ, ਤੇਰੀ ਜਿਹੜੀ ਵੱਡੀ ਭੈਣ ਆ ਉਹਨਾਂ ਨੂੰ ਫੋਟੋਗ੍ਰਾਫਰੀ ਦਾ ਬੜਾ ਸ਼ੌਂਕ ਆ, ਤੇ ਥੋੜਾ ਸਮਝਾ ਉਹਨਾਂ ਨੂੰ ਵੀ ਫੋਟੋਗ੍ਰਾਫਰੀਆਂ ਏਦਾਂ ਨਹੀਂ ਕਰੀਦੀ ਹੁੰਦੀਆਂ, ਕਿਸੇ ਦੀਆਂ ਵੀਡੀਓ ਬਣਾਈ ਦੀਆਂ। ਹਾਂਜੀ ਹੈਂ, ਠੀਕ ਆ। ਜੇ ਫੋਟੋਗ੍ਰਾਫਰੀ ਦੀ ਨਜਾਇਜ਼ ਵੀਡੀਓ ਬਣਾਈ ਹੈ ਤੇ ਕੇਸ ਪੈਣ ਪੈਂਦਾ ਹੁੰਦਾ, ਇਹ ਪਤਾ ਵਾ ਤੁਹਾਨੂੰ? ਹਾਂਜੀ, ਪਰ ਭਾਜੀ ਬੋਲਣ ਕੌਣ ਦੇ? ਮੈਂ ਤੁਹਾਨੂੰ ਦੱਸਣ ਡਿਆ ਵਾ, ਮੈਂ ਦੱਸ ਦਿੰਦਾ ਕੌਣ ਬੋਲਦਾ ਵਾ। ਕੇਸ ਪੈਂਦਾ ਹੁੰਦਾ ਵਾ ਜੇ ਆਪਾਂ ਕਿਸੇ ਦੀ ਬਿਨਾਂ ਪੁੱਛ ਤੋਂ ਵੀਡੀਓ ਬਣਾਈਏ, ਤੇ ਜੇ ਉਹਨੇ ਵੀਡੀਓ ਏਦਾਂ ਬਣਾਉਣੀ ਆ ਨਾ ਤੇ ਗਲੀ ਚ ਫਿਰ ਨੰਗੇ ਕਰਕੇ ਉਹਦੀ ਵੀਡੀਓ ਬਣਾ ਕੇ ਤੇ ਨੈੱਟ ਤੇ ਪਾਵਾਂਗੇ, ਫੇਰ ਚੰਗੀ ਰਹੂਗੀ। ਚੰਗੀ ਤਰ੍ਹਾਂ ਸਮਝੋ ਤੁਸੀਂ। ਗੰਡੀਆਂ
सारे इलाकों निवासियों वालों पुलिस ने शिकायत दर्ज करवा के इस मामले संबंधी कार्रवाई करने आख्या गया है। जेकर पुलिस प्रशासन वालों कार्रवाई ना की गई तो इलाकों निवासियों वालों रोड जाम करके प्रदर्शन भी किया जाएगा। मेरा नाम मनजीत सिंह। मेरा नाम मनजीत सिंह। हाँ जी भाजी की गल हुई सारी इतने एक कुड़ी रही है दो घर छड़ के आ मेरा घर वा इतने वो इटा मार के गई सवेरे भी रात भी बथेरा कुछ करके गई है इतने तो वो सारे जने वो घर के कहते मैंटल है तो मैंटल नहीं हैगी जे वो मैंटल हो वो माँ प्यो क्यों नहीं कितने विखाते इन्ना क सवेरे गड्डी भन गई सारी गड्डी भन के गई है इन्ना नुकसान करके गई है छोटे छोटे बच्चे उतों लंघते इटा मार दी है तो कोई यदा हल चाहिए आ नहीं तो हल कढ़ेगा तो फिर अं धरना धुरना लावे ये इन के खिलाफ यद भरा आस्ट्रेलिया वो सारे सारे महल में धमकिया लाता है भी मैं इतने ऐं कर दूंगा जै कर दूंगा जे ये खिलाफ कुछ ना किया गया आप सारा महला सारा जाके आप जी टी रोड जाम करा ये सख्त कार्रवाई की जाए पुलिस प्रशासन आता पुलिस प्रशासन के गल पै जी है परसों साडे को रिकॉर्डिंग पाइं पुलिस मुलाजम दी इन्होंने गड्डिया भनिया इन्होंने इस कुड़ी ने वह माँ प्यो भी नाल गाला कढ़ता है सारे महल में कढ़ता है तो जे वो पागल है तो माँ प्यो थोड़ी पागल है माँ प्यो तो समझा चाहिए उन्होंने माँ प्यो सगों नाल शह देंगे साढ़े को सारिया रिकॉर्डिंगा माँ प्यो दी भी तो इस करके आप हाथ जोड़ के बेनती करते हैं प्रशासन भी ये खिलाफ कोई सख्त कार्रवाई की जाए नहीं तो फिर आप धरना धुरना लावे सारे पास जी टी रोड जाम करा कि देर तो परेशान है ये छे महीनों तो परेशान है जी घट्टों घट आ इतने एक बच्ची खलोती है उन्होंने इटा मार दी एक नाल के बन्ने घर आ वो होमगार्ड के ने मुलाजम हूँ मुलाजम के घर इटा मारन डी है तो दूजे का की सेव करे एक मुलाजम के घर इटा मार के ए सी भांता स्कूटर भांता वो कार भांती सारा कुछ वह भांता मुलाजमान के नाल नहीं कोई कर सकता कोई तो की करूगा वो मुलाजम इन्ना कितने कितने उन्हें रिपोर्टा पाइं कोई गल नहीं सुनता पाया कोई ठीक
ਹਾਂਜੀ ਭਾਜੀ ਕੀ ਨਾਮ ਤੁਹਾਡਾ ਭਾਈ ਦੀਪਕ ਕੁਮਾਰ ਨਾਮ ਹੈ ਹਾਂਜੀ ਕੀ ਗੱਲ ਹੋਈ ਭਾਜੀ ਗੱਲ ਇਹ ਹੋਈ ਕਿ ਸਾਡੀ ਗਲੀ ਦੋ ਚਾਰ ਗਲੀਆਂ ਛੱਡ ਕੇ ਉੱਥੇ ਇੱਕ ਕੋਂਸਟੇਬਲ ਹੈਗੇ ਆ ਉਹਨਾਂ ਦੇ ਬੇਟਾ ਬੇਟੀ ਰੋਜ਼ ਹੀ ਸਾਡੀ ਗਲੀ 'ਚ ਖੜੋ ਜਾਂਦੇ ਸੀ ਅਤੇ ਉਹਨਾਂ ਨੂੰ ਪੁੱਛਦੇ ਤੁਸੀਂ ਆਪਣੇ ਘਰ ਕਿਉਂ ਨਹੀਂ ਜਾਂਦੇ ਉਹ ਡਰਦੇ ਕਿਉਂ ਪਏ ਜੇ ਅਤੇ ਉਹ ਕਹਿੰਦੇ ਸੀ ਕਿ ਇੱਥੇ ਕੋਈ ਮੈਂਟਲ ਕੁੜੀ ਸਾਡੇ ਘਰ ਦੇ ਸਾਹਮਣੇ ਰਹਿੰਦੀ ਆ ਅਤੇ ਸਾਨੂੰ ਇੱਟਾਂ ਮਾਰਦੀ ਹੈ ਜੀ ਅਤੇ ਉਹ ਰੋਜ਼ ਹੀ ਇੱਟਾਂ ਉਹਨਾਂ ਨੂੰ ਮਾਰਦੀ ਸੀ ਅਤੇ ਫਿਰ ਅਸੀਂ ਮੁਹੱਲੇ ਵਾਲੇ ਸਾਰੇ ਇਕੱਠੇ ਹੋਏ ਕਿ ਤੁਹਾਡਾ ਮਸਲਾ ਹੱਲ ਕਰਦੇ ਹਾਂ ਛੱਡ ਦਿੰਦੇ ਤੁਹਾਨੂੰ 6 ਮਹੀਨੇ ਹੋ ਗਏ ਜੀ ਅਸੀਂ ਛੱਡ ਕੇ ਆਉਂਦੇ ਘਰ ਉਹਨਾਂ ਨੂੰ ਮਗਰ 6 ਮਹੀਨੇ ਤੋਂ ਵੀ ਕੋਈ ਹੱਲ ਨਹੀਂ ਨਿਕਲਿਆ ਉਹਨਾਂ ਨੇ ਰਿਪੋਰਟਾਂ ਵੀ ਪੁਲਿਸ ਨੂੰ ਵਾਧੂ ਦਿੱਤੀਆਂ ਕੋਈ ਹੱਲ ਨਹੀਂ ਨਿਕਲਿਆ ਅਤੇ ਫਿਰ ਉਹ ਸਾਰਾ ਮੁਹੱਲਾ ਇਕੱਠਾ ਹੋਇਆ ਅਤੇ ਫਿਰ ਅਸੀਂ ਅੱਜ ਦਰਖਾਸਤ ਦੇ ਕੇ ਆਏ ਹਾਂ ਫਿਰ ਵੀ ਹੱਲ ਨਿਕਲਣ ਦਾ ਕੋਈ ਸਾਨੂੰ ਕੋਈ ਹੈਗਾ ਨਹੀਂ ਆ ਕਿ ਉਹ ਕੁੜੀ ਰੋਜ਼ ਜਦੋਂ ਇੱਟਾਂ ਮਾਰਦੀ ਉੱਤੋਂ ਅਤੇ ਕੋਈ ਨਾ ਕੋਈ ਲੰਘਦਾ ਹੁੰਦਾ ਵਾ ਕੋਈ ਨਾ ਕੋਈ ਮਰ ਸਕਦਾ ਜੇ ਕਿਸੇ ਦੀ ਜਾਨ ਮਾਲ ਦਾ ਖਤਰਾ ਹੋ ਸਕਦਾ ਵਾ ਅਤੇ ਉਹ ਕੁੜੀ ਸਾਡੇ ਮੀਟਰਾਂ ਨੂੰ ਵੀ ਅੱਗ ਲਾ ਕੇ ਚੱਲੀ ਸੀ ਸਵੇਰੇ ਅਸੀਂ ਵੇਖਿਆ ਅਤੇ ਸਾਡੀ ਗੱਡੀ ਦਾ ਵੀ ਸ਼ੀਸ਼ਾ ਭੰਨ ਗਈ ਹਾਲਾਂਕਿ ਸਾਡੇ ਘਰ ਤੋਂ ਬਹੁਤ ਦੂਰੀ ਆ ਉਹਦੀ ਅਤੇ ਉਹਦੇ ਮਾਂ ਪਿਓ ਕਹਿੰਦੇ ਕਿ ਉਹ ਮੈਂਟਲ ਆ ਮਗਰ ਅਸੀਂ ਕਹਿੰਦੇ ਉਹ ਮੈਂਟਲ ਨਹੀਂ ਹੈਗੀ ਜੇ ਮੈਂਟਲ ਹੈਗੀ ਤਾਂ ਉਹਨੂੰ ਮੈਂਟਲ ਹੋਸਪਿਟਲ ਲੈ ਕੇ ਜਾਇਆ ਜਾਵੇ ਉਹ ਮੁਹੱਲੇ ਦੇ ਕਾਬਲ ਨਹੀਂ ਹੈਗੀ ਸਾਨੂੰ ਜਾਨ ਮਾਲ ਦਾ ਖਤਰਾ ਵਾ ਅਤੇ ਕਿਸੇ ਦੀ ਵੀ ਜਾਨ ਜਾ ਸਕਦੀ ਆ ਅਤੇ ਸਾਡੀ ਪ੍ਰਸ਼ਾਸਨ ਤੋਂ ਬੇਨਤੀ ਆ ਕਿ ਇਹ ਕੁੜੀ ਦਾ ਕੋਈ ਹੱਲ ਕੀਤਾ ਜਾਵੇ ਕਿਉਂਕਿ ਸਾਡੇ ਹੱਥ ਬਸ ਕੁਛ ਨਹੀਂ ਹੈਗਾ ਜੇ ਤੁਹਾਡੇ ਹੱਥ ਬਸ ਹੈਗਾ ਪ੍ਰਸ਼ਾਸਨ ਦੇ ਕਹਿੰਦੇ ਭਾਜੀ ਮੁਹੱਲੇ ਵਾਲਿਆਂ ਨੂੰ ਧਮਕੀ ਦਿੱਤੀ ਜਾਂਦੀ ਭਰਾ ਮੇਰਾ ਬਾਹਰ ਹੈ ਕਹਿੰਦਾ ਜੀ ਇੱਦਾਂ ਦਾ ਵੀਡੀਓ ਹਾਂਜੀ ਉਹਦਾ ਉਹ ਕੁੜੀ ਨੇ ਸਾਨੂੰ ਕਿਹਾ ਛੋਟੀ ਗੁੜੀਆ ਵਾ ਕਿ ਉਹ ਮੈਨੂੰ ਧਮਕੀ ਲਾਉਂਦਾ ਉਹਦਾ ਭਰਾ ਬਾਹਰੋਂ ਆਸਟ੍ਰੇਲੀਆ ਤੋਂ ਕਿ ਮੈਂ ਤੇਰੇ ਨਾਲ ਇੱਦਾਂ ਕਰ ਦਾਂਗਾ ਮੈਂ ਤੁਹਾਡੇ ਨਾਲ ਇੱਦਾਂ ਕਰ ਦਾਂਗਾ ਬਹੁਤ ਗੰਦੀਆਂ ਗੱਲਾਂ ਕਰਦਾ ਵਾ ਜਿਹੜਾ ਮੈਂ ਕਿਸੇ ਦੀ ਧੀ ਭੈਣ ਨੂੰ ਕਰਨਾ ਸਹੀ ਨਹੀਂ ਹੈ ਇਹਦਾ ਵੀ ਤੁਸੀਂ ਹੱਲ ਤੁਹਾਨੂੰ ਕੱਢਣਾ ਪੈਣਾ ਵਾ ਕਿ ਕਿਸੇ ਦੀ ਧੀ ਭੈਣ ਨੂੰ ਐਡੀ ਵੱਡੀ ਗੱਲ ਕਿੱਦਾਂ ਕਿਹਾ ਗਿਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਜਿਹੜਾ ਜ਼ੁਲਮ ਕਰਨ ਡੇ ਉਹਨਾਂ 'ਤੇ ਉਹ ਜ਼ੁਲਮ ਦਾ ਤੁਸੀਂ ਕੋਈ ਜਵਾਬ ਦਿਓ ਉਹਨਾਂ ਨੂੰ ਕੋਈ ਕਾਰਵਾਈ ਕੀਤੀ ਜਾਵੇ ਕੁੜੀ ਦੇ ਖਿਲਾਫ ਮੇਰਾ ਨਾਮ ਰਜਨਦੀਪ ਕੌਰ ਹੈ ਕਿੱਥੇ ਰਹਿੰਦੇ ਮੈਂ ਨਿਊ ਪ੍ਰਤਾਪ ਨਗਰ 'ਚ ਰਹਿੰਦੀ ਹਾਂ ਤੁਹਾਡੇ ਨਾਲ 6 ਮਹੀਨੇ ਹੋ ਗਏ ਨੇ ਮੈਂ ਆਪਣੇ ਜੌਬ 'ਤੇ ਜਾਂਦੀ ਹਾਂ ਆਉਂਦੀ ਹਾਂ ਇੱਕ ਲੜਕੀ ਹੈਗੀ ਸਾਡੇ ਇੱਥੇ ਰਹਿ ਰਹੀ ਆ ਪਤਾ ਨਹੀਂ ਉਹਨੂੰ ਕੀ ਪ੍ਰੋਬਲਮ ਆ ਤੇ ਉਹ ਜਦੋਂ ਵੀ ਮਤਲਬ ਲੰਘਦੇ ਹਾਂ ਅਸੀਂ ਸਾਨੂੰ ਇੱਟਾਂ ਮਾਰਦੀ ਹੈ ਰੋੜੇ ਮਾਰਦੀ ਹੈ ਅੰਦਰ ਆਉਣਾ ਜਾਣਾ ਸਾਡਾ ਬਹੁਤ ਕਾਰਨ ਦੱਸੋ ਕਿਉਂ ਇੱਟਾਂ ਮਾਰਦੀ ਕੋਈ ਗੱਲ ਤੁਹਾਡੇ ਆਈ ਡੋਨਟ ਨੋ ਮੈਨੂੰ ਨਹੀਂ ਪਤਾ ਕਿ ਉਹ ਕਿਉਂ ਸਾਡੇ ਮਗਰ ਪਈ ਹੋਈ ਹੈ ਉਹ ਪਹਿਲਾਂ ਸਾਨੂੰ ਗਾਲਾਂ ਹੀ ਕੱਢਦੀ ਸੀ ਪਰ ਹੌਲੀ ਹੌਲੀ ਇੱਟਾਂ ਤੱਕ ਆ ਗਈ ਫਿਰ ਉਹਨੂੰ ਅਸੀਂ ਕੁਝ ਕਿਹਾ ਨਹੀਂ ਪਰ ਉਹ ਵੱਧਦੀ ਜਾ ਰਹੀ ਹੈ ਹੌਲੀ ਹੌਲੀ 6 ਮਹੀਨੇ ਹੋ ਗਏ ਪਰਿਵਾਰ ਨੂੰ ਤੁਸੀਂ ਨਾਮਾ ਦਿੱਤਾ ਅਸੀਂ ਬਹੁਤ ਵਾਰ ਸ਼ਿਕਾਇਤ ਕੀਤੀ ਆ ਉਹਦੇ ਪਰਿਵਾਰ ਨੇ ਹਾਂਜੀ ਬਹੁਤ ਵਾਰ ਸ਼ਿਕਾਇਤ ਕੀਤੀ ਆ ਪਰ ਉਹ ਕੀ ਹਟਾ ਨਹੀਂ ਸਕਦੇ ਉਹਨੂੰ ਪਰਿਵਾਰ ਵੀ ਨਾਲ ਪਤਾ ਨਹੀਂ ਉਹ ਹਟਾਉਂਦੇ ਨੇ ਪਰ ਉਹ ਹਟਦੀ ਨਹੀਂ ਆ ਕੀ ਉਹ ਪਾਗਲ ਹੈ ਸ਼ਾਇਦ ਮੈਂਟਲੀ ਡਿਸਟਰਬ ਆ ਪਰ ਉਹ ਕਿਸੇ ਹੋਰ ਨੂੰ ਕੁਝ ਮਤਲਬ ਸਾਰੇ ਮਹੱਲੇ ਨੂੰ ਵੀ ਬਹੁਤ ਤੰਗ ਪਰੇਸ਼ਾਨ ਕਰ ਚੁੱਕਿਆ ਹੋਇਆ ਉਹਨੂੰ ਹੁਣ ਤਾਜ਼ਾ ਮਾਮਲਾ ਕੀ ਆਇਆ ਹੁਣ ਕੀ ਕੀਤਾ ਉਹਨੇ ਅੱਜ ਅੱਜ ਜਾਂ ਕੱਲ ਕੱਲ ਮੈਂ ਆਪਣੀ ਜੌਬ ਤੇ ਜਾ ਰਹੀ ਸੀਗੀ ਪਹਿਲਾਂ ਤਾਂ ਮੈਂ 2 ਦਿਨ ਛੁੱਟੀਆਂ ਕੀਤੀਆਂ ਨੇ ਫਿਰ ਉਸ ਤੋਂ ਬਾਅਦ ਮੈਂ ਚੁੰਨੀ ਸ਼ੋਪ ਤੇ ਆਪਣੀ ਜਾ ਰਹੀ ਸੀ ਜੌਬ ਜਿੱਥੇ ਮੈਂ ਜੌਬ ਕਰਦੀ ਹਾਂ ਹਸਪੀਟਲ ਸਿਟੀ ਡੈਂਟਲ ਕਲੀਨਿਕ ਤੇ ਮੈਂ ਜੌਬ ਕਰਦੀ ਹਾਂ ਉੱਥੇ ਪਤਾ ਨਹੀਂ ਮੇਰੇ ਪਿੱਛੇ ਹੀ ਆ ਗਈ ਕਿੱਥੋਂ ਮੈਨੂੰ ਲੱਭਿਆ ਇਹਨੇ ਕਿਹੜੀ ਜਗ੍ਹਾ ਤੇ ਮੈਂ ਗੁਪਤਾ ਹਸਪੀਟਲ ਅਲਫਾ 1 ਮਾਲ ਦੇ ਸਾਹਮਣੇ ਸਿਟੀ ਡੈਂਟਲ ਕਲੀਨਿਕ ਨਹੀਂ ਮੈਨੂੰ ਘੇਰਿਆ ਨਹੀਂ ਸੀ ਇਹ ਉੱਥੇ ਮੇਰੀ ਜੌਬ ਤੇ ਪਹੁੰਚ ਗਈ ਸੀ ਅੱਛਾ ਉੱਥੇ ਆ ਕੇ ਇਹਨੇ ਮੈਨੂੰ ਸਾਰਿਆਂ ਨੂੰ ਰੋਲਾ ਪਾਇਆ ਕਿ ਇਹਨੂੰ ਬਾਹਰ ਕੱਢੋ ਬਾਹਰ ਕੱਢੋ ਮੈਂ ਤੇ ਲੋਕੀ ਸੀ ਮੈਂ ਆਪਣੀ ਜਾਨ ਬਚਾ ਕੇ ਮਸਾ ਹੀ ਭੱਜੀ ਸੀ ਉੱਥੋਂ ਇਹ ਆ ਕੇ ਉੱਥੇ ਕਹਿੰਦੀ ਉਹਨੂੰ ਬਾਹਰ ਕੱਢੋ ਮੈਂ ਉਹਨੂੰ ਮਾਰਨਾ ਹੈ ਮੈਨੂੰ ਧਮਕੀਆਂ ਦੇ ਰਹੀ ਸੀ ਅਤੇ ਮੈਂ ਆਪਣੇ ਸਰ ਨੂੰ ਭੇਜਿਆ ਸੀਗਾ ਅਤੇ ਫਿਰ ਉਹਨਾਂ ਨੇ ਇਹਦੇ ਨਾਲ ਗੱਲ ਗੁੱਲ ਕੀਤੀ ਸੀਗੀ ਅਤੇ ਉੱਥੋਂ ਭੱਜ ਗਈ ਸੀ ਅਤੇ ਆ ਕੇ ਫਿਰ ਮੁਹੱਲੇ 'ਚ ਇਹਨੇ ਬਹੁਤ ਦਹਿਸ਼ਤ ਫੈਲਾਈ ਹੋਈ ਸੀ ਮੁਹੱਲੇ ਵਿੱਚ ਆ ਕੇ ਸਾਰਿਆਂ ਨੂੰ ਇੱਟਾਂ ਰੋੜੇ ਮਾਰਨ ਲੱਗੀ ਸਾਰਿਆਂ ਨੂੰ ਬਹੁਤ ਤੰਗ ਕੀਤੇ ਨੇ ਹਾਂਜੀ ਹਾਂਜੀ ਇਹਦਾ ਬ੍ਰਦਰ ਦੀ ਕਾਲ ਆਈ ਸੀਗੀ ਮੰਮਾ ਨਹੀਂ ਮੇਰੇ ਨੰਬਰ ਉਹਨਾਂ ਕੋਲ ਹੈਗਾ ਮੰਮਾ ਦੇ ਫੋਨ 'ਤੇ ਆਈ ਸੀ ਜਾਂ ਬ੍ਰਦਰ ਦੀ ਫੋਨ ਆਈ ਸੀਗੀ ਅਤੇ ਉਹਨਾਂ ਨੂੰ ਧਮਕੀਆਂ ਦੇ ਰਹੇ ਸੀਗੇ ਕਿ ਅਸੀਂ ਤੁਹਾਡੀ ਬੇਟੀ ਦੀਆਂ ਵੀਡੀਓ ਬਣਾ ਕੇ ਗੰਦੀਆਂ ਵੀਡੀਓ ਬਣਾ ਕੇ ਵਾਇਰਲ ਕਰ ਦੇਵਾਂਗੇ ਇੱਦਾਂ ਦੀਆਂ ਧਮਕੀਆਂ ਦੇ ਰਹੇ ਸੀਗੇ ਸਾਨੂੰ ਪਤਾ ਨਹੀਂ ਛੱਡਣ ਵਾਸਤੇ ਵੀ ਨਹੀਂ ਕਹਿੰਦੇ ਬਸ ਸਾਨੂੰ ਕਹਿੰਦੇ ਅਸੀਂ ਤੁਹਾਡਾ ਜੀਣਾ ਮੁਸ਼ਕਿਲ ਕਰ ਦੇਣਾ ਇੱਥੇ ਤੁਹਾਨੂੰ ਰਹਿਣ ਹੀ ਨਹੀਂ ਦੇਣਾ ਪਰ ਇਸੇ ਹੀ ਕਹਿੰਦੇ ਨੇ ਕਹਿਣ 'ਚ ਲੜਕੀ ਇਸੇ ਹੀ ਕਹਿੰਦੀ ਨਹੀਂ ਸਾਡਾ ਮਤਲਬ ਅਸੀਂ ਹਮੇਸ਼ਾ ਬਹੁਤ ਲੋਕ ਲੁਕਾ ਕੇ ਆਪਣਾ ਬਚਾਅ ਕਰਕੇ ਹੀ ਨਿਕਲੇ ਹਾਂ ਬਟ ਇੰਨੇ ਦੇਖੋ ਸਾਡੇ ਬਹੁਤ ਸਾਡੇ ਘਰ ਦੇ ਵੀ ਸ਼ੀਸ਼ੇ ਤੋੜਤੇ ਆ ਗੱਡੀ ਦੇ ਵੀ ਸ਼ੀਸ਼ੇ ਤੋੜ ਦਿੱਤੇ ਹੋਏ ਨੇ ਸਾਰੇ ਮੁਹੱਲੇ ਨਾਲ ਵੈਰ ਪਾ ਲਿਆ ਹਾਂਜੀ ਸਾਰੇ ਮੁਹੱਲੇ ਨਾਲ ਵੈਰ ਪਾ ਲਿਆ ਅਤੇ ਹੁਣ ਹਜੇ ਤੱਕ ਵੀ ਨਹੀਂ ਹਟ ਰਹੀ ਮਤਲਬ ਬੋਲੀ ਜਾ ਰਹੀ ਕੰਟੀਨਿਊਸਲੀ ਬੋਲੀ ਜਾ ਰਹੀ ਸੀ ਇਹ ਤੋਂ ਲੈ ਕੇ ਰਾਤ ਤੱਕ ਮੰਗ ਕੀ ਕਰਦੇ ਹਾਂਜੀ ਮੰਗ ਕੀ ਤੁਹਾਡੀ ਮੰਗ ਵੀ ਕੁਛ ਨਹੀਂ ਹੈ ਬਸ ਇੱਟਾਂ ਹੀ ਮਾਰੀ ਜਾ ਰਹੀ ਆ ਤੁਸੀਂ ਕੀ ਮੰਗਦੇ ਹੋ ਪ੍ਰਸ਼ਾਸਨ ਉਹ ਪੂਰੀ ਤਰ੍ਹਾਂ ਮੰਗ ਵੀ ਇਹਨੂੰ ਟਿਕਾਣੇ ਲਾਓ ਉਸ ਪ੍ਰਸ਼ਾਸਨ ਨੂੰ ਕੀ ਮੰਗਦੇ ਅਸੀਂ ਕਹਿੰਦੇ ਆ ਇਹਦਾ ਕੁਝ ਕਰੋ ਟ੍ਰੀਟਮੈਂਟ ਕਰੋ ਇਹਦੇ ਜ਼ਿਆਦਾ ਤੁਸੀਂ ਮੈਂਟਲੀ ਡਿਸਟਰਬ ਹੈ ਇਹਨੂੰ ਉੱਥੇ ਪਹੁੰਚਾਓ ਅਗਰ ਨਹੀਂ ਹੈ ਤਾਂ ਪਲੀਜ਼ ਸਾਨੂੰ ਸਾਡੀ ਜਾਨ ਤੋਂ ਬਚਾਓ ਸਾਨੂੰ ਤਾਂ ਬਹੁਤ ਜਾਨਲੇਵਾ ਖਤਰਾ ਹੈ ਅਸੀਂ ਬੰਦ ਹੋ ਕੇ ਬੈਠ ਗਏ ਆਪਣੇ ਘਰ ਵਿੱਚ ਬਾਹਰ ਨਹੀਂ ਨਿਕਲ ਸਕਦੇ
इस शिकायत के संबंधी गलबात करदे थाना बी डिवीजन के एस एच ओ गोविंदर सिंह का कहना है कि उन्होंने शिकायत मिली है कि जिसके चलते उन्होंने वालों लड़की परमजीत कौर पुत्री लखविंदर सिंह जो कि मानसिक तौर पर अपसैट है जिसके पिता के नाल गलबात की। उन्होंने कहना कि अज कोविड के लॉकडाउन के कारण वह उन्होंने हस्पताल में दाखिल नहीं करवा पा रहे। रही गल उसके माता पिता और भरा वालों धमकाने की पुलिस जांच करी है, जो भी दोषी सामने आएगा वह बख्शा नहीं जाएगा। साढ़े कोल न्यू प्रताप नगर के जेडे इलाका निवासी ने उन्हां वल्लों परमजीत कौर डॉक्टर ऑफ लखविंदर सिंह अते उहदे परिवार के खिलाफ दरखास्त महल्ले वालियां ने दित्ती है, जिहदे विच उन्होंने कहा कि जिहड़ी परमजीत कौर आ इहने पहलां भी एक दो बार जिहड़ी आ उह गली दे विच भन तोड़ कीती आ, किसी दे गेट नूं इट्टां मार दिंदी आ, किसी दे स्कूटर मोटरसाइकिल नूं, ते उह जिहड़ी दरखास्त साढ़े कोल आई आ असीं इहनूं वेरीफाई कर रहे हां और कुछ मैटर जिहड़ा उह वेरीफाई कीता वा। जिहड़ा असीं वेरीफाई कीता हुण तक उहदे मुताबक परमजीत कौर जिहड़ी आ इह मानसिक प्रॉब्लम आ, इहनूं पिछले भी दो तीन वार साडी नॉलेज आ चुका है। पहला भी ये बीमार सी, तो जदों ये बीमार हुंदी है अपने घर के परिवार के जिहड़े मैंबर ने उन्हां नाल भी माड़ा व्यवहार करती आ। पिछे जे इहदे पिता लखविंदर सिंह भी साढ़े कोल आए सी और फिर असी इन्हां नूं सलाह दे के इहनूं होस्पिटल एडमिट करवा दिता सी, अते हुण भी पता लगा कि ये जिहड़ी आ दोबारा इहदी प्रॉब्लम आई है इहनूं कोई, और इस संबंध दे विच इहदे माँ बाप नूं थाने बुलाया गया सीगा और उन्होंने दस्सिया है कि असी सोमवार मान लो कल 31 वास्ते उन्होंने अपॉइंटमेंट ली है संबंधित डॉक्टर को, अज लॉकडाउन होण करके वो नहीं ले जा सके और कल उन्हों जिहड़ा एडमिट कराउणगे जां उहदा चैकअप कराउणगे। कहिंदे पुलिस उत्थे गई सी कल ते उन्हां दे वी एक्टिवा तोड़ियां, नहीं जी यहोजी कोई गल नहीं आ। जदों पुलिस नूं इतलाह मिलदी आ पुलिस ने मौके पर जाना, पुलिस की ड्यूटी आ और पुलिस मौके पर गई सी, मौके के हालात जिहड़े हुंदे ने हालात मुताबक ही पुलिस ने अपनी कार्रवाई करनी हुंदी आ। इहोजी कोई गल नहीं आ कि पुलिस नाल किसी ने मिसबिहेव किया जां उस कुड़ी ने पुलिस नाल मिसबिहेव किया, इहोजी कोई गल नहीं जी। सर सीसी वीडियोस भी सामने आई ते उत्थे दे जिहड़े इलाका निवासी ने उन्हां वल्लों गल कही जा रही कि उह मानसिक तौर ते बीमार नहीं है नहीं जी, यहोजी कोई गल अजे साडे सामने नहीं आई। जे ये साडी इनकुआरी दे विच गल साबित हो जाती है कि उहदा परिवार उहनूं गलत शह दिंदा है तो फिर असीं उहदे परिवार के खिलाफ मुकदमा दर्ज करांगे जी बकायदा। ਉਹਨਾਂ ਵੱਲੋਂ ਜਿਹੜੀ ਵੀਡੀਓ ਵੀ ਬਣਾਈ ਗਈ ਹੈ ਕਿ ਉਹਦੇ ਵਿੱਚ ਜਿਹਦੇ ਵਿੱਚ ਸਾਫ਼ ਸਾਬਿਤ ਹੋ ਰਿਹਾ ਕਿ ਉਹ ਉਹਦਾ ਸਾਥ ਦਿੰਦੇ ਨੇ ਉਹਦੇ ਪਰਿਵਾਰ ਵਾਲੇ ਅਤੇ ਗਾਲੀ ਗਲੋਚ ਵੀ ਜਿਹੜਾ ਉਹਨਾਂ ਵੱਲੋਂ ਸਿੱਧਾ ਤੌਰ 'ਤੇ ਕੀਤਾ ਜਾਂਦਾ ਹੈ ਅਤੇ ਜਦੋਂ ਪੁਲਿਸ ਉੱਤੇ ਹਮਲਾ ਆਇਆ ਉਹ ਵੀ ਸੀਸੀ ਵੀਡੀਓ ਵਿੱਚ ਕੈਦ ਹੋਇਆ। ਪੱਤਰਕਾਰ ਸਾਹਿਬ ਗੱਲ ਲਿਖ ਕੇ ਆਇਆ ਵੀ ਮੰਨ ਲਓ ਕੋਈ ਬੰਦਾ ਮਾਨਸਿਕ ਤੌਰ 'ਤੇ ਬਿਮਾਰ ਆ ਜਾਂ ਪ੍ਰੋਬਲਮ 'ਚ ਆ ਨਾ, ਉਹ ਕੀ ਕਰ ਰਿਹਾ ਆ, ਇਹ ਮੌਕੇ ਦੇ ਹਾਲਾਤ ਹੁੰਦੇ ਨੇ, ਪਰਿਵਾਰ ਵੀ ਨਹੀਂ ਚਾਹੁੰਦਾ ਅਤੇ ਕੋਈ ਵੀ ਨਹੀਂ ਚਾਹੁੰਦਾ ਕਿ ਉਹਦਾ ਇਲਾਕੇ 'ਚ ਜਾਂ ਉਹਦਾ ਸੁਸਾਇਟੀ ਦੇ ਵਿੱਚ ਜਲੂਸ ਨਿਕਲੇ। ਔਰ ਮੈਂ ਤੁਹਾਨੂੰ ਇਹਦੇ ਬਾਰੇ ਦੱਸਣਾ ਚਾਹੁੰਦਾ ਕਿ ਅਗਰ ਅਸੀਂ ਜਿਹੜੇ ਛਾਣਬੀਣ ਕਰਾਂਗੇ ਅਗਰ ਉਹ ਗੱਲ ਸਾਹਮਣੇ ਆਉਂਦੀ ਹੈ ਕਿ ਇਹ ਲੜਕੀ ਬਿਮਾਰ ਨਹੀਂ ਆ ਜਾਂ ਲੜਕੀ ਨੂੰ ਪ੍ਰੋਬਲਮ ਨਹੀਂ ਹੈ ਜਾਣ ਬੁੱਝ ਕੇ ਕਰਦੀ ਹੈ ਤਾਂ ਫਿਰ ਅਸੀਂ ਉਹਦੇ ਖਿਲਾਫ਼ ਪਰਚਾ ਦਰਜ ਕਰਾਂਗੇ। ਸਰ ਉਹਦੇ ਨਾਲ ਦਾ ਘਰ ਹੈ ਇੱਕ ਪੁਲਿਸ ਮੁਲਾਜ਼ਮ ਦਾ ਅਤੇ ਉਹਦਾ ਵੀ ਨੁਕਸਾਨ ਕੀਤਾ, ਫਰਿੱਜ ਵੀ ਤੋੜਿਆ, ਐਕਟੀਵਾ ਵੀ ਤੋੜੀ ਹੈ ਔਰ ਏਸੀ ਵੀ ਤੋੜਿਆ, ਉਹ ਕਹਿੰਦਾ ਮੈਂ ਕਿੰਨੀ ਵਾਰੀ ਕੰਪਲੇਂਟ ਵੀ ਪਾਈ ਹੈ ਮੇਰੀ ਕਾਰਵਾਈ ਨਹੀਂ ਕੀਤੀ ਜਾ ਰਹੀ। ਜਦੋਂ ਵੀ ਕੰਪਲੇਂਟ ਆਈ ਸਾਡੇ ਕੋਲੋਂ ਜੀ ਅਸੀਂ ਉਹਦੇ 'ਤੇ ਕਾਰਵਾਈ ਕੀਤੀ ਆ ਔਰ ਇਹੋ ਹੀ ਜਿਹੜੇ ਸਾਡੇ ਮੁਲਾਜ਼ਮ ਸਾਹਿਬ ਨੇ ਉਦੋਂ ਮਹੱਲੇ ਤੌਰ 'ਤੇ ਬਹਿ ਕੇ ਪਿਛਲੇ ਸਮੇਂ ਦੇ ਵਿੱਚ ਇਹ ਰਾਜੀਨਾਮਾ ਕਰਦੇ ਰਹੇ ਨੇ ਔਰ ਹੁਣ ਵੀ ਜਿਹੜੀ ਆ ਉਹ ਜੋ ਵੀ ਉਹਦੀ ਪ੍ਰੋਬਲਮ ਹੈ ਅਸੀਂ ਉਹਦੇ ਮੁਤਾਬਕ ਵੇਖ ਕੇ ਚੱਲਾਂਗੇ। ਜਿਹੜਾ ਵੀ ਬੰਦਾ ਕਾਨੂੰਨ ਦੀ ਉਲੰਘਣਾ ਕਰੂਗਾ ਕਾਨੂੰਨ ਤੌਰ 'ਤੇ ਉਹ ਬਖਸ਼ਿਆ ਨਹੀਂ ਜਾਏਗਾ, ਚਾਹੇ ਉਹ ਪਰਮਜੀਤ ਕੌਰ ਹੋਵੇ, ਚਾਹੇ ਉਹ ਲਖਵਿੰਦਰ ਸਿੰਘ ਹੋਵੇ ਜਾਂ ਕੋਈ ਹੋਰ ਹੋਵੇ। ਅਸੀਂ ਇਸ ਚੀਜ਼ ਨੂੰ ਡੀਪਲੀ ਵੈਰੀਫਾਈ ਕਰਾਂਗੇ ਔਰ ਹਰੇਕ ਬੰਦੇ ਦਾ ਹੱਕ ਆ ਕਾਨੂੰਨ ਤੌਰ 'ਤੇ ਆਪਣੀ ਦਰਖਾਸਤ ਦੇਣਾ, ਸਾਡਾ ਫਰਜ਼ ਬਣਦਾ ਆ ਉਹਦੀ ਹੱਕ ਰਸੀ ਕਰਾਉਣਾ, ਅਸੀਂ ਉਸ ਉਹਦੀ ਹੱਕ ਰਸੀ ਕਰਾਉਣ ਵਾਸਤੇ ਬੈਠੇ ਹਾਂ ਔਰ ਅਸੀਂ ਇਸ ਸਾਰੇ ਮੈਟਰ ਨੂੰ ਡੰਗਿਆਈ ਨਾਲ ਵੈਰੀਫਾਈ ਕਰਕੇ ਬਣਦੀ ਕਾਰਵਾਈ ਦੀ ਕਰਾਂਗੇ। ਧੰਨਵਾਦ ਜੀ। 6 ਮਹੀਨਾ ਸਰ ਇਸ ਨੂੰ ਹੋ ਚੁੱਕਿਆ। ਆਵਾਜ਼ੀ ਕੌਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਲਲਿਤ ਸ਼ਰਮਾ ਦੀ ਰਿਪੋਰਟ।